क्या आपको पता है दुबई में उतनी गाड़ियां नहीं है जितने दुबई के लोगों के पास ड्राइविंग लाइसेंस है। क्या आपको पता है दुबई का लाइसेंस मात्र 4,000 दिरहम में बन जाता है अभी। और क्या आपको पता है जो दुबई का लाइसेंस है वो एक इंटरनेशनल लाइसेंस है जिसके बिहा पे आप कनाडा ऑस्ट्रेलिया वगैरह इजिली मूव हो सकते हैं। वेलकम टू माई यूट्यूब चैनल हरियाणवी चौबर। आज की इस वीडियो में हम बात करेंगे दुबई का लाइसेंस आप कैसे बना सकते हैं और आप इस लाइसेंस को कैसे इंटरनेशनल कर सकते हैं। तो वीडियो ये काफी इंटरेस्टिंग होने वाली है, तो आप इस वीडियो को लास्ट तक जरूर देखें और उन लोगों तक जरूर शेयर करें जो दुबई का लाइसेंस बनवाना चाहते हैं। आज इस वीडियो में मेरे साथ एक मेरा दोस्त है जिसके पास दुबई के सारे लाइसेंस हैं। गाड़ी का भी लाइसेंस है उसके पास, ट्रक का लाइसेंस भी है और अपना बस का लाइसेंस भी है उसके पास। तो आज हम पूरी इंफॉर्मेशन इस वीडियो में शेयर करेंगे। मेक श्योर करें कि आप हमारे यूट्यूब चैनल को सब्सक्राइब कर लें। थैंक यू सो मच। तो आज मेरे साथ जो मेरा ड्राइवर भाई है, मेरा पड़ोसी भी है, नेबर भी है और पिछले 3-4 सालों से हम काफ़ी क्लोज हैं, तो उस के पास यूएई का 12 साल का एक्सपीरियंस है। वो एक्सपीरियंस आज हमारे साथ शेयर करेगा और वो इधर इस मुकाम तक कैसे पहुंचा है। तो मिस्टर योगी, सत श्री अकाल जी सारिया नूं। और दूसरी चीज़ है कि आज जो हमारा ये इंटरव्यू हम पंजाबी में लेंगे, तो क्योंकि भाई भाई भी पंजाब से है, तो जितना कि मैं तुम्हें क्या है कि अपनी जी वीडियो अज पंजाबी दे विच होएगी। तो मेरा भरा मिस्टर योगी, तुम जो दुबई में आए ही, तो पहला तुम अपनी थोड़ी जी जर्नी बारे दसो भी तुम इन्ना टाइम आए, किस स्टार्टिंग कि आए गए, उदू तुम की प्रॉब्लम फेस की, कि जो भी ताकि जर्नी आ वो तुम जरूर साझी करो साढ़े। ਹਾਂਜੀ ਭਾਜੀ, ਭਾਅ ਜੀ ਮੇਰੀ ਐਂਟਰੀ ਹੋਈ ਸੀ ਦੁਬਈ ਦੇ ਵਿੱਚ 2013 ਦੇ ਵਿੱਚ ਦਸੰਬਰ ਦੇ ਵਿੱਚ ਐਜ਼ ਏ ਕਲੀਨਰ ਟਰਾਂਸਗਾਰਡ ਕੰਪਨੀ ਦੇ ਵਿੱਚ ਮੈਂ ਆਇਆ ਸੀਗਾ। ਅਤੇ ਉਸ ਤੋਂ ਬਾਅਦ ਥੋੜ੍ਹੀ ਥੋੜ੍ਹੀ ਮਿਹਨਤ ਕੀਤੀ ਹੈ, ਠੀਕ ਹੈ ਜੀ। 6 ਮਹੀਨੇ ਬਾਅਦ ਮੈਂ ਆਪਣਾ ਲਾਇਸੈਂਸ ਲਿਆਈ, ਲਾਈਟ ਵਹੀਕਲ ਲਾਇਸੈਂਸ ਨੰਬਰ 3, ਅਤੇ ਤਕਰੀਬਨ ਮੈਨੂੰ 1 ਸਾਲ ਲੱਗ ਗਿਆ ਸੀਗਾ ਆਪਣੀ ਡਰਾਈਵਿੰਗ ਜੋਬ ਵਾਸਤੇ, ਕਿ ਮੈਨੂੰ ਜੋਬ ਨਹੀਂ ਮਿਲੀ ਸੀਗੀ। ਕਿਉਂਕਿ ਦੁਬਈ ਦਾ ਰੂਲ ਹੁੰਦਾ ਕਿ ਤੁਹਾਡਾ ਜਿਹੜਾ ਡਰਾਈਵਿੰਗ ਲਾਇਸੈਂਸ ਹੈ ਉਹ ਘੱਟੋ ਘੱਟ ਨਹੀਂ 6 ਮਹੀਨੇ ਪੁਰਾਣਾ ਹੋਣਾ ਚਾਹੀਦਾ। ਕਿਉਂਕਿ ਇਹਦੇ ਪਿੱਛੇ ਕੀ ਰੂਲ ਹੈ ਕਿ ਜਿਹੜੀ ਲਾਇਸੈਂਸ ਦੀ ਇੰਸ਼ੋਰੈਂਸ ਹੁੰਦੀ ਹੈ ਉਹ 6 ਮਹੀਨੇ ਦੇ ਅੰਦਰ ਕਵਰ ਹੁੰਦੀ ਹੈ, ਠੀਕ ਹੈ ਜੀ। ਅਤੇ 6 ਮਹੀਨੇ ਪੁਰਾਣਾ ਤੁਹਾਡਾ ਲਾਇਸੈਂਸ ਹੋਣਾ ਚਾਹੀਦਾ, ਉਸ ਤੋਂ ਬਾਅਦ ਤੁਸੀਂ ਕਿਸੇ ਵੀ ਕੰਪਨੀ ਦੇ ਵਿੱਚ ਜਾਂ ਟੈਕਸੀ ਦੇ ਵਿੱਚ ਜਾਂ ਕਿਸੇ ਕੰਪਨੀ ਦੇ ਵਿੱਚ ਈਜ਼ੀਲੀ ਅਪਲਾਈ ਕਰ ਸਕਦੇ ਹੋ। ਲਾਇਸੈਂਸ ਲੈਣ ਤੋਂ ਬਾਅਦ ਤੁਸੀਂ ਕਿਤੇ ਵੀ ਆਪਣੀ ਜੋਬ ਈਜ਼ੀਲੀ ਅਪਲਾਈ ਕਰ ਸਕਦੇ ਹੋ, ਕਿਉਂਕਿ ਅਗਰ ਤੁਸੀਂ ਆਪਣੀ ਕੋਈ ਵੀ ਜਗ੍ਹਾ ਚੇਂਜ ਕਰਦੇ ਹੋ ਨਾ, ਆਪਣਾ ਸਟੇਟਸ ਚੇਂਜ ਕਰਦੇ ਹੋ, ਤਾਂ ਪਹਿਲਾ ਕੁਐਸਚਨ ਤੁਹਾਨੂੰ ਇਹ ਹੀ ਪੁੱਛਿਆ ਜਾਂਦਾ ਕਿ ਡੂ ਯੂ ਹੈਵ ਲਾਇਸੈਂਸ, ਕਿਉਂਕਿ ਦੁਬਈ ਦਾ ਜਿਹੜਾ ਲਾਇਸੈਂਸ ਹੈ ਇੰਟਰਨੈਸ਼ਨਲ ਲਾਇਸੈਂਸ ਹੈ ਅਤੇ ਇਹਦੀ ਵੈਲਿਊ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਵਰਲਡ ਦੇ ਵਿੱਚ ਚੱਲਦਾ ਹੈ, ਠੀਕ ਹੈ। ਅਗਰ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦੇ ਹੋ, ਟਰੈਵਲ ਕਰਦੇ ਹੋ, ਤਾਂ ਇਹ ਤੁਸੀਂ ਕਨਵਰਟ ਕਰਵਾ ਸਕਦੇ ਹੋ ਪੂਰੇ 90 ਡੇਜ਼ ਦੇ ਲਈ। ਇਹਦੇ ਵਾਸਤੇ ਤੁਹਾਨੂੰ ਔਨਲਾਈਨ ਇੱਕ ਐਪਲੀਕੇਸ਼ਨ ਮਿਲਦੀ ਹੈ ਜਿਹੜਾ ਕਿ ਇੱਥੇ ਦੁਬਈ ਦੇ ਵਿੱਚ ਵਾਫੀ ਮਾਲ ਸੈਂਟਰ ਦੇ ਅੰਦਰ ਜਾ ਕੇ ਤੁਸੀਂ ਫਾਰਮ ਫਿਲ ਕਰਕੇ 160 ਦਿਰਹਮ ਪੇ ਕਰਨੇ ਹੁੰਦੇ, 90 ਦਿਨ ਵਾਸਤੇ ਤੁਹਾਡਾ ਲਾਇਸੈਂਸ ਇੰਟਰਨੈਸ਼ਨਲ ਹੋ ਜਾਂਦਾ, ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਵਿਦਆਊਟ ਲਾਇਸੈਂਸ ਡਰਾਈਵਿੰਗ ਕਾਰ ਲੈ ਸਕਦੇ ਹੋ। ਬਹੁਤ ਬਹੁਤ ਮਿਹਰਬਾਨੀ ਭਾਅ ਜੀ, ਤੁਸੀਂ ਨੇ ਆਪਣੀ ਜਿਹੜੀ ਜੀਵਨ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕੀਤੀ ਹੈ। ਅਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਯੋਗੀ ਭਾਅ ਜੀ ਕੋਲ ਸਿਰਫ ਦੁਬਈ ਦੇ ਅੰਦਰ ਜਹਾਜ਼ ਦਾ ਲਾਇਸੈਂਸ ਨਹੀਂ ਹੈਗਾ, ਠੀਕ ਹੈ। ਬਾਕੀ ਭਾਅ ਜੀ ਕੋਲ ਸਾਰੇ ਲਾਇਸੈਂਸ ਹੈਗੇ ਆ, ਗੱਡੀ ਦਾ, ਟਰੱਕ ਦਾ, ਮੋਟਰਸਾਈਕਲ ਦਾ, ਮਤਲਬ ਲਾਈਟ ਵੇਟ ਤੋਂ ਲੈ ਕੇ ਹੈਵੀ ਚੀਜ਼ਾਂ ਦਾ। ਅਤੇ ਆਹ ਭਾਈ ਦਾ ਲਾਇਸੈਂਸ ਆ, ਜਿੱਦਾਂ ਕਿ ਤੁਸੀਂ ਵੇਖ ਵੀ ਸਕਦੇ ਹੋ ਮੇਰੇ ਹੱਥ 'ਚ ਭਾਈ ਦਾ ਲਾਇਸੈਂਸ ਆ। ਅਤੇ ਭਾਅ ਜੀ ਤੁਸੀਂ ਹੁਣ ਮਾੜਾ ਜਾਣਾ ਤੁਹਾਡੀ ਜਿਹੜੀ ਜਰਨੀ ਤੁਸੀਂ ਦੱਸਦੀ ਆ, ਠੀਕ ਆ, ਉਸ ਤੋਂ ਬਾਅਦ ਮਤਲਬ ਤੁਸੀਂ ਕੰਮ ਆ ਜਿਹੜਾ ਹੁਣ 10 ਸਾਲ ਦਾ ਜਿਹੜਾ ਪੂਰਾ ਐਕਸਪੀਰੀਅੰਸ ਮੇਰੇ ਨਾਲ ਸਾਂਝਾ ਕਰੋ, ਠੀਕ ਆ। ਤੁਸੀਂ ਦੱਸਣ ਦੇ ਕਿ ਤੁਸੀਂ
ਜਦੋਂ ਸਟਾਰਟਿੰਗ 'ਚ ਆਏਗੀ 650 ਰੁਪਏ ਸੈਲਰੀ ਸੀ ਤੁਹਾਡੀ, ਠੀਕ ਆ, ਅਤੇ ਹੁਣ ਜਿਹੜੀ ਤੁਹਾਡੀ ਸੈਲਰੀ ਕੀ ਬਹੁਤ ਵਧੀਆ ਵਾ, ਠੀਕ ਹੈ, ਐਜ਼ ਕੰਪੇਅਰ ਅਗਰ ਇੰਡੀਆ ਕਰੰਸੀ 'ਚ ਵੀ ਕਰੀਏ, ਅਤੇ ਤੁਸੀਂ ਮੜੀ ਜੀ ਆਪਣੀ ਜਰਨੀ ਬਾਰੇ ਦੱਸੋ ਸਾਨੂੰ। ਮੈਂ 2015 ਦੇ ਵਿੱਚ ਮਾਰਚ 3 ਨੂੰ ਆਪਣਾ ਲਾਇਸੈਂਸ ਲਿਆ ਸੀਗਾ ਲਾਈਟ ਵਹੀਕਲ ਡਰਾਈਵਰ ਦਾ, ਅਤੇ ਉਸ ਤੋਂ ਬਾਅਦ ਇੱਥੇ ਭਾਅ ਜੀ ਦੁਬਈ ਦਾ ਰੂਲ ਹੈ ਕਿ 6 ਮਹੀਨੇ ਤੁਹਾਡਾ ਲਾਇਸੈਂਸ ਪੁਰਾਣਾ ਹੋਣਾ ਚਾਹੀਦਾ, ਕਿਉਂਕਿ ਇਹਦੇ ਵਿੱਚ 6 ਮਹੀਨਿਆਂ ਦੇ ਵਿੱਚ ਤੁਹਾਡੀ ਲਾਇਸੈਂਸ ਦੀ ਇੰਸ਼ੋਰੈਂਸ ਕਵਰ ਹੁੰਦੀ ਹੈ। ਅਗਰ 6 ਮਹੀਨੇ ਤੁਸੀਂ ਵੇਟ ਨਹੀਂ ਕਰਦੇ, ਕਿਸੇ ਵੀ ਕੰਪਨੀ ਦੇ ਵਿੱਚ ਅਪਲਾਈ ਕਰਦੇ ਹੋ, ਤਾਂ ਤੁਹਾਨੂੰ ਜੋਬ ਈਜ਼ੀਲੀ ਨਹੀਂ ਮਿਲਦੀ, ਕਿਉਂਕਿ ਕੋਈ ਵੀ ਕੰਪਨੀ ਪ੍ਰੈਫਰ ਨਹੀਂ ਕਰੇਗੀ। ਉਸਦਾ ਰੀਜ਼ਨ ਇਹ ਹੈ ਕਿ 6 ਮਹੀਨੇ ਦੇ ਅੰਦਰ ਤੁਹਾਡੀ ਇੰਸ਼ੋਰੈਂਸ ਕਲੇਮ ਹੁੰਦੀ ਆ। ਅਗਰ 6 ਮਹੀਨੇ ਦੇ ਅੰਦਰ ਤੁਸੀਂ ਇੰਸ਼ੋਰੈਂਸ ਕਲੇਮ ਤੋਂ ਪਹਿਲਾਂ ਤੁਸੀਂ ਗੱਡੀ ਚਲਾਉਂਦੇ ਹੋ, ਰੱਬ ਨਾ ਕਰੇ ਤੁਹਾਡੇ ਨਾਲ ਕੋਈ ਹਾਦਸਾ ਹੋ ਜਾਵੇ, ਤਾਂ ਤੁਹਾਡਾ ਲਾਇਸੈਂਸ ਕੈਂਸਲ ਹੋ ਜਾਂਦਾ, ਠੀਕ ਆ ਜੀ। ਅਤੇ ਲਾਇਸੈਂਸ ਲੈਣ ਤੋਂ ਬਾਅਦ ਮੈਂ ਤਕਰੀਬਨ 1 ਸਾਲ ਜੋਬ ਅਪਲਾਈ ਕੀਤੀ ਆ, ਠੀਕ ਆ ਜੀ, ਹਰ ਥਾਂ 'ਤੇ ਜਾ ਕੇ ਜੋਬ ਅਪਲਾਈ ਕੀਤੀ ਆ, ਅਤੇ ਪਰਮਾਤਮਾ ਦੀ ਕਿਰਪਾ ਨਾਲ ਸੇਮ ਕੰਪਨੀ ਦੇ ਵਿੱਚ ਜਿੱਥੇ ਮੈਂ ਐਜ਼ ਏ ਕਲੀਨਰ ਆਇਆ ਸੀਗਾ 640 ਦਿਰਾਮ ਸੈਲਰੀ ਦੇ ਵਿੱਚ, ਉੱਥੇ ਹੀ ਮੈਨੂੰ 1 ਸਾਲ ਬਾਅਦ ਲਾਈਟ ਵਹੀਕਲ ਡਰਾਈਵਰ ਦੀ ਜੋਬ ਮਿਲ ਗਈ, ਜਿਸ ਦੇ ਵਿੱਚ ਮੇਰੀ ਸੈਲਰੀ 1500 ਦਿਰਾਮ ਪਲੱਸ ਮੇਰਾ ਓਵਰ ਟਾਈਮ, ਅਤੇ ਤਕਰੀਬਨ ਮੈਂ 2100-2200 ਦਿਰਾਮ ਅਰਨ ਕਰਦਾ ਸੀਗਾ 2015 ਦੇ ਵਿੱਚ। ਹੌਲੀ ਹੌਲੀ ਮੈਂ ਮਿਹਨਤ ਕਰਦਾ ਗਿਆ, 2 ਸਾਲ ਹੋਰ ਮਿਹਨਤ ਕੀਤੀ ਆ, ਫਿਰ ਮੈਂ ਭਾਅ ਜੀ ਟਰੱਕ ਦਾ ਲਾਇਸੈਂਸ ਬਣਾਇਆ, ਹੈਵੀ ਟਰੱਕ ਦਾ ਲਾਇਸੈਂਸ ਲੈਣ ਤੋਂ ਬਾਅਦ ਫਿਰ ਮੈਂ ਟਰਾਈ ਕੀਤਾ ਕਿ ਬਾਹਰ ਕਿੱਧਰ ਅਪਲਾਈ ਕੀਤਾ ਜਾਵੇ, ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਟ੍ਰੈਂਡ ਚੱਲ ਰਿਹਾ ਕਿ ਆਪਣੇ ਸਾਰੇ ਪੰਜਾਬੀ ਭਰਾ UK, ਕੈਨੇਡਾ, ਅਮਰੀਕਾ, ਇੰਗਲੈਂਡ ਜਾ ਰਹੇ ਆ ਟਰੱਕ ਡਰਾਈਵਰ, ਠੀਕ ਆ ਜੀ, ਕਿਉਂਕਿ ਤੁਹਾਨੂੰ ਪਤਾ ਜਿਹੜਾ ਦੁਬਈ ਦਾ ਲਾਇਸੈਂਸ ਆ ਇੰਟਰਨੈਸ਼ਨਲ ਲੈਵਲ, ਅਤੇ ਇਸ ਦੇ ਦੌਰਾਨ ਤੁਸੀਂ ਕਿਤੇ ਵੀ ਈਜ਼ੀਲੀ ਅਪਲਾਈ ਕਰ ਸਕਦੇ ਹੋ ਕਿਸੇ ਵੀ ਕੰਟਰੀ ਦੇ ਵਿੱਚ, ਠੀਕ ਹੈ। ਅਤੇ ਬੜਾ ਭੱਜਿਆ, ਬੜਾ ਕਿਆਂ ਮਤਲਬ ਲੱਗਾ ਰਿਹਾ ਫਿਰ ਵੀ ਮਿਹਨਤ ਕਰਨ, ਅਤੇ ਕਿਤੇ ਹੱਥ ਪੱਲਾ ਨਹੀਂ ਪਿਆ। ਫਿਰ ਮੈਂ ਸੋਚਿਆ ਕਿ ਕਿਉਂ ਨਾ ਬੱਸ ਦਾ ਵੀ ਲਾਇਸੈਂਸ ਲਿਆ ਜਾਵੇ, ਫਿਰ ਮੈਂ 2019 ਦੇ ਵਿੱਚ ਹੈਵੀ ਵਹੀਕਲ ਦਾ ਲਾਇਸੈਂਸ ਲਿਆ ਕੋਰੋਨਾ ਤੋਂ 3 ਮਹੀਨੇ ਪਹਿਲਾਂ, ਠੀਕ ਹੈ ਜੀ। ਲਾਇਸੈਂਸ ਲੈਣ ਤੋਂ ਬਾਅਦ ਮੈਨੂੰ ਸੇਮ ਕੰਪਨੀ ਦੇ ਵਿੱਚ ਮਤਲਬ ਬੱਸ ਦੀ ਪੋਜੀਸ਼ਨ ਮਿਲ ਗਈ, ਜਿਸ ਦੇ ਵਿੱਚ ਮੇਰੀ ਸੈਲਰੀ ਇਨਕਰੀਜ਼ ਹੋ ਗਈ 3000 ਪਲੱਸ, ਅਤੇ ਓਵਰ ਟਾਈਮ ਲਗਾ ਕੇ ਮੈਂ ਤਕਰੀਬਨ 3500-3700 ਦਿਰਾਮ ਕਮਾਉਣ ਲੱਗ ਪਿਆ। ਉਸ ਤੋਂ ਬਾਅਦ ਕੋਰੋਨਾ ਦਾ ਟਾਈਮ ਆਇਆ, ਬਟ ਮੇਰੀ ਕੰਪਨੀ ਇੰਨੀ ਚੰਗੀ ਸੀਗੀ ਟਰਾਂਸਗੜ, ਮੈਂ ਅੱਜ ਵੀ ਰਿਸਪੈਕਟ ਕਰਦਾ ਉਸ ਕੰਪਨੀ ਦੀ, ਜਿੱਥੋਂ ਮੈਂ 0 ਤੋਂ ਉੱਠ ਕੇ ਇਸ ਥਾਂ 'ਤੇ ਅੱਜ ਜਿੱਥੇ ਖਲੋਤਾ ਹਾਂ, ਅਤੇ ਮੈਂ ਬਹੁਤ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ। ਬੜੀ ਮਿਹਨਤ ਕਰਕੇ, ਬੜਾ ਕੁਝ ਕਰਕੇ, ਅਤੇ ਮੈਂ ਬਹੁਤ ਕੁਝ ਪਾਇਆ, ਜਿੰਨਾ ਵੀ ਪਾਇਆ ਬਹੁਤ ਸ਼ੁਕਰ ਗੁਜ਼ਾਰ ਹਾਂ ਉਸ ਪਰਮਾਤਮਾ ਦਾ। ਉਸ ਤੋਂ ਬਾਅਦ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਟ੍ਰੈਂਡ ਚੱਲਿਆ, ਮੇਰੇ ਵੀਰ ਭਾਈ ਆ ਰਹੇ ਨੇ ਕਿ ਟਰੱਕ ਦਾ ਲਾਇਸੈਂਸ ਬਣਾਈਏ ਔਰ ਕੈਨੇਡਾ ਜਾਈਏ ਜਾਂ ਆਸਟ੍ਰੇਲੀਆ ਜਾਈਏ, ਠੀਕ ਆ ਜੀ। ਅਤੇ ਮੇਰੇ ਵੱਲੋਂ ਮੈਂ ਤੁਹਾਨੂੰ ਪ੍ਰੈਫਰ ਕਰਾਂਗਾ ਕਿ ਅਗਰ ਤੁਸੀਂ ਦੁਬਈ ਦੇ ਵਿੱਚ ਲਾਇਸੈਂਸ ਲੈ ਲਿਆ, ਤਾਂ ਤੁਸੀਂ ਈਜ਼ੀਲੀ ਇੰਡੀਆ ਦਾ 60-70 ਹਜ਼ਾਰ ਰੁਪਏ ਅਰਨ ਕਰ ਸਕਦੇ ਹੋ। ਸਹੀ, ਇਸ ਦੇ ਓਪੋਜਿਟ ਸਾਈਡ ਅਸੀਂ ਅਗਰ ਜਾਈਏ ਕਿ ਜਿੱਦਾਂ ਵੀਰ ਭਰਾ ਸੋਚਦੇ ਆ ਕਿ ਲਾਇਸੈਂਸ ਲੈ ਕੇ ਆਪਾਂ 20-25 ਲੱਖ ਰੁਪਏ ਲਾ ਕੇ ਕੈਨੇਡਾ ਵਿੱਚ ਚਲੇ ਜਾਈਏ, ਤੁਹਾਨੂੰ ਪਤਾ ਅਗਰ ਤੁਸੀਂ 20 ਲੱਖ ਦੀ LMI ਵੀ ਲੈਂਦੇ ਹੋ, ਤਾਂ ਤੁਹਾਨੂੰ ਫਿਰ ਉੱਥੇ ਜਾ ਕੇ ਲਾਇਸੈਂਸ ਬਣਾਉਣਾ ਪੈਂਦਾ ਆ, ਕੈਨੇਡਾ ਦਾ ਇਹ ਰੂਲ ਹੈ। ਅਤੇ ਉੱਥੇ ਲਾਇਸੈਂਸ ਦੇ ਉੱਤੇ ਘੱਟੋ ਘੱਟ ਨਹੀਂ $7,000-8,000 ਲਾਇਸੈਂਸ 'ਤੇ ਤੁਹਾਨੂੰ ਅਰਨ ਕਰਨਾ ਪੈਂਦਾ ਹੈ, ਲਗਾਉਣਾ ਪੈਂਦਾ ਆ, ਠੀਕ ਹੈ ਜੀ। ਉਸ ਤੋਂ ਬਾਅਦ ਵੀ ਤੁਹਾਨੂੰ ਜਾ ਕੇ ਮਤਲਬ 6 ਮਹੀਨੇ ਦੇ ਜਾ ਕੇ ਬਾਅਦ ਤੁਹਾਨੂੰ ਟਰੱਕ ਮਿਲਦਾ ਹੈਗਾ। ਇਹ ਗੱਲ ਸਹੀ ਆ ਕਿ ਉੱਥੇ ਲਾਈਫ ਜਿਹੜਾ ਲਾਈਫ ਸਟਾਈਲ ਹੈ ਉਹ ਵਧੀਆ ਹੈ, ਬਟ ਇੱਕ ਦਿਲ ਨੂੰ ਸਕੂਨ ਨਹੀਂ ਹੈਗਾ। ਜਿੱਦਾਂ ਕਿ ਭਾਈ ਮੈਂ ਵੇਖ ਸਕਦਾ ਤੁਹਾਡੇ ਕੋਲ ਦੁਬਈ ਦੇ ਮਤਲਬ 3 ਲਾਇਸੈਂਸ ਆ, ਹਾਂਜੀ, ਠੀਕ ਆ। ਤੇ ਕਈ ਲੋਕੀ ਆ ਜਿਹੜੇ ਇੱਥੇ 1-1 ਲਾਇਸੈਂਸ ਲੈ ਕੇ ਆਪਣਾ ਕੰਮ ਚਲਾਉਂਦੇ, ਗੁਜ਼ਾਰਾ ਕਰਨ ਦੇ ਆ, ਤੇ ਇਦਾਂ ਦੀ ਕਿਹੜੀ ਨੌਬਤ ਸੀਗੀ ਵੀ ਜਿਹੜੇ ਤੁਹਾਨੂੰ ਦੁਬਈ ਦੇ 3 ਦੇ 3 ਲਾਇਸੈਂਸ ਲੈਣੇ ਪੈ ਗਏ ਨੇ? ਐਕਚੁਅਲੀ ਭਾਜੀ ਮੈਂ ਜੋ ਇੱਥੇ ਆ ਕੇ ਦੇਖਿਆ ਕਿ ਜਿਸ ਬੰਦੇ ਕੋਲ ਲਾਈਟ ਵਹੀਕਲ ਲਾਇਸੈਂਸ ਹੈਗਾ ਆ, ਠੀਕ ਹੈ, ਉਹ ਬੰਦਾ ਕਿੰਨੀ ਸੈਲਰੀ ਅਰਨ ਕਰ ਰਿਹਾ, ਔਰ ਬੱਸ ਡਰਾਈਵਰ ਉਸ ਤੋਂ ਕਿੰਨੀ ਜ਼ਿਆਦਾ ਸੈਲਰੀ ਅਰਨ ਕਰ ਰਿਹਾ, ਔਰ ਜਿਹੜਾ ਟਰੱਕ ਡਰਾਈਵਰ ਹੈ ਉਸ ਤੋਂ ਜ਼ਿਆਦਾ ਕਿੰਨੀ ਸੈਲਰੀ ਅਰਨ ਕਰ ਰਿਹਾ। ਸਹੀ,
ਤੇ ਹਰ ਇੱਕ ਗੱਡੀ ਦਾ ਹਰ ਇੱਕ ਲਾਇਸੈਂਸ ਨੰਬਰ ਦਾ ਆਪਣੀ ਆਪਣੀ ਡਿਊਟੀ ਆਵਰ ਆ, ਆਪਣੇ ਆਪਣੇ ਕੰਫਰਟ ਆ। ਸਹੀ। ਅਗਰ ਤੁਸੀਂ ਬੱਸ ਦਾ ਲਾਇਸੈਂਸ ਲੈਂਦੇ ਹੋ, ਬੱਸ ਦੇ ਲਾਇਸੈਂਸ ਦੇ ਵਿੱਚ ਦੁਬਈ ਦੇ ਰੂਲ ਵਿੱਚ ਹੈਗਾ ਕਿ ਤੁਹਾਨੂੰ ਸੁਬਹ ਸ਼ਾਮ ਕੰਮ ਮਿਲਦਾ ਹੈਗਾ। ਠੀਕ ਆ, ਸੁਬਹ ਤੁਸੀਂ ਲੇਬਰ ਡਰੋਪ ਕਰਨੀ ਆ ਤੇ ਉਸ ਤੋਂ ਬਾਅਦ ਤੁਸੀਂ ਕਮਰੇ 'ਚ ਵਾਪਸ ਆ ਜਾਂਦੇ ਹੋ ਔਰ ਸ਼ਾਮ ਨੂੰ ਤੁਸੀਂ ਪਿਕਅਪ ਕਰਨਾ ਹੁੰਦਾ। ਉਸ ਦੇ ਵਿੱਚ 12 ਤੋਂ 14 ਘੰਟੇ ਤੁਹਾਡੀ ਡਿਊਟੀ ਬਣਦੀ ਆ। ਐਟਲੀਸਟ ਮੈਂ ਇਹ ਕਹਿ ਸਕਦਾ ਕਿ ਹਾਂ, ਬੱਸ ਦੇ ਲਾਇਸੈਂਸ ਦੇ ਵਿੱਚ ਤੁਹਾਨੂੰ ਕੰਫਰਟ ਬਹੁਤ ਜ਼ਿਆਦਾ ਹੈਗਾ ਆ। ਠੀਕ ਹੈ, ਤੇ ਅਗਰ ਤੁਹਾਡੇ ਕੋਲ ਦੁਬਈ ਦਾ ਬੱਸ ਦਾ ਲਾਇਸੈਂਸ ਹੈਗਾ ਤਾਂ ਉਸ ਦੇ ਵਿੱਚ ਤੁਸੀਂ 3000 ਤੋਂ 3500 ਦਿਰਹਮ ਸੈਲਰੀ ਅਰਨ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਲਾਈਟ ਵਹੀਕਲ ਦਾ ਲਾਇਸੈਂਸ ਹੈਗਾ, ਲਾਇਸੈਂਸ ਨੰਬਰ 3 ਮੈਨੂਅਲ ਲਾਇਸੈਂਸ, ਤਾਂ ਤੁਸੀਂ ਉਹਦੇ ਵਿੱਚ 2000 ਤੋਂ 2500 ਦਿਰਹਮ ਈਜ਼ੀਲੀ ਅਰਨ ਕਰ ਸਕਦੇ ਹੋ। ਬਟ ਛੋਟੇ ਲਾਇਸੈਂਸ ਦਾ ਤੁਹਾਨੂੰ ਇਹ ਹੈਗਾ ਕਿ ਉਹਦੇ ਵਿੱਚ ਤੁਹਾਨੂੰ ਕੰਮ ਬਹੁਤ ਜ਼ਿਆਦਾ ਰਹਿੰਦਾ ਆ। ਠੀਕ ਹੈ, ਲਾਈਟ ਵਹੀਕਲ ਦੇ ਵਿੱਚ। ਤੀਜੀ ਗੱਲ ਆ ਗਈ ਟਰੱਕ ਡਰਾਈਵਰਾਂ ਲਈ। ਠੀਕ ਹੈ, ਜਿਹੜਾ ਆਪਣਾ ਟਰੱਕ ਦਾ ਲਾਇਸੈਂਸ ਹੈ, ਇਹ ਜਿੱਦਾਂ ਮੇਰੇ ਦੇਸੀ ਭਰਾ ਹੋ ਗਏ, ਜ਼ਿਆਦਾ ਪੜ੍ਹੇ ਲਿਖੇ ਨਹੀਂ ਹੈਗੇ ਆ, ਠੀਕ ਹੈ, ਕੋਈ ਵੱਡੀ ਪੋਸਟ 'ਤੇ ਜੋਬ ਨਹੀਂ ਕਰ ਸਕਦੇ ਆ, ਅਤੇ ਉਹ ਚੁਣਦੇ ਆ ਹੈਵੀ ਲਾਇਸੈਂਸ। ਹੈਵੀ ਲਾਇਸੈਂਸ ਦੇ ਵਿੱਚ ਇੱਦਾਂ ਹੁੰਦਾ ਕਿ ਅਗਰ ਤੁਹਾਨੂੰ ਕੰਪਨੀ ਦੇ ਵਿੱਚ ਜੋਬ ਮਿਲਦੀ ਹੈ ਅਤੇ ਉਸ ਵਿੱਚ ਤੁਹਾਨੂੰ 4000 ਤੋਂ 4500 ਦਿਰਹਮ ਸੈਲਰੀ ਮਿਲ ਜਾਂਦੀ ਹੈ ਅੱਛੀ ਕੰਪਨੀ ਦੇ ਵਿੱਚ। ਜਿੱਦਾਂ ਹੁਣ ਦੇ ਹਾਲਾਤ ਦੁਬਈ 'ਚ ਦੇਖੇ ਜਾਣ ਤਾਂ ਇੰਨੀ ਸੈਲਰੀ ਕੋਈ ਵੀ ਕੰਪਨੀ ਨਹੀਂ ਦੇ ਰਹੀ ਆ। ਅਤੇ ਜਿਹੜੀਆਂ ਟਰਾਂਸਪੋਰਟੇਸ਼ਨਾਂ ਨੇ ਉਹ ਹੈਵੀ ਟਰੱਕ ਡਰਾਈਵਰ ਨੂੰ 1500 ਦਿਰਹਮ ਬੇਸਿਕ ਸੈਲਰੀ ਦਿੰਦੇ ਆ ਇਸ ਟਾਈਮ, ਬਾਕੀ ਉਹਨਾਂ ਦਾ ਪਲੱਸ ਟ੍ਰਿਪ ਸਿਸਟਮ ਹੁੰਦਾ ਹੈ, ਅਤੇ ਕੁੱਲ ਮਿਲਾ ਕੇ ਉਹ ਤਕਰੀਬਨ ਮਹੀਨੇ ਦਾ 2500 ਤੋਂ 3000 ਈਜ਼ੀਲੀ ਅਰਨ ਕਰਦੇ ਹੈਗੇ ਆ। ਠੀਕ ਆ ਜੀ, ਅਤੇ ਜਦੋਂ ਮੈਂ ਆਪਣਾ ਪਹਿਲਾ ਲਾਇਸੈਂਸ ਬਣਾਇਆ ਸੀ ਅਤੇ ਮੈਂ ਉਸ ਤੋਂ ਬਾਅਦ ਆਪਣਾ ਇਹੀ ਮੇਰਾ ਟਾਰਗੇਟ ਸੀਗਾ ਕਿ ਮੈਂ ਸਾਰੇ ਲਾਇਸੈਂਸ ਲੈ ਕੇ ਪੂਰੀ ਡਰਾਈਵਿੰਗ ਦਾ UAE ਦਾ ਐਕਸਪੀਰੀਅੰਸ ਲੈਣਾ ਕਿ ਮੈਂ ਕਿੱਥੋਂ ਤੱਕ ਪੈਸੇ ਅਰਨ ਕਰ ਸਕਦਾ। ਅਤੇ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਫੁੱਲ 12 ਸਾਲ ਦੇ ਐਕਸਪੀਰੀਅੰਸ ਦੇ ਨਾਲ ਮੈਂ ਤਕਰੀਬਨ ਇੰਡੀਆ ਦਾ 1,05,000 ਰੁਪਇਆ ਮੰਥਲੀ ਈਜ਼ੀਲੀ ਅਰਨ ਕਰ ਰਿਹਾ। ਠੀਕ ਹੈ, ਅਤੇ ਮੇਰੀ ਲਾਈਟ ਵਹੀਕਲ ਡਰਾਈਵਰ ਦੀ ਜੋਬ ਹੈ ਅਤੇ ਮੈਂ ਇੱਕ ਯੂਰੋਪੀਅਨ ਫੈਮਿਲੀ ਦੇ ਨਾਲ ਡਾਊਨਟਾਊਨ ਦੇ ਵਿੱਚ ਗੱਡੀ ਚਲਾ ਰਿਹਾ। ਠੀਕ ਹੈ ਜੀ, ਬਾਕੀ ਭਰਾ ਦੀ ਲੁੱਕ ਵੀ ਇੱਕ ਮੁੰਡਾ ਸੋਹਣਾ ਅਤੇ ਸੁਨੱਖਾ ਭਾਈ ਦੇ ਨਾਲ, ਪਿੱਛੇ ਕੁੜੀਆਂ ਨੇ ਲੱਖਾਂ। ਠੀਕ ਆ, ਭਾਈ ਨੇ ਬਹੁਤ ਮਿਹਨਤ ਕੀਤੀ ਆ, ਕਿਉਂਕਿ ਮੈਂ ਖੁਦ ਵੇਖਿਆ 650 ਦਿਰਹਮ ਤੋਂ ਲੈ ਕੇ 5000 ਸੈਲਰੀ, ਠੀਕ ਆ, ਜੋ ਕਿ ਸਿੱਧਾ ਸਿੱਧਾ ਇੰਡੀਆ ਦਾ 1,00,000 ਰੁਪਇਆ ਬਣਦਾ ਵਾ। ਅਤੇ ਭਾਅ ਜੀ ਮੈਨੂੰ ਇੱਕ ਚੀਜ਼ਾਂ ਹੋਰ ਦੱਸੋ, ਮਤਲਬ ਠੀਕ ਆ, ਤੁਹਾਡੇ ਟਾਈਮ 'ਚ ਜਦੋਂ ਲਾਇਸੈਂਸ ਬਣਾਉਂਦੇ ਸੀਗੇ ਉਸ ਟਾਈਮ ਮਤਲਬ ਕਿਹੜੀ ਕਿਹੜੀ ਮਤਲਬ ਤੁਸੀਂ ਮੁਸੀਬਤ ਵੇਖੀ, ਮਤਲਬ ਡਿਫੀਕਲਟ ਸੀਗੀਆਂ, ਅਤੇ ਜਿਹੜੇ ਅੱਜ ਦੇ ਟਾਈਮ 'ਚ ਆ, ਠੀਕ ਆ, ਮਤਲਬ ਅੱਜ ਦੇ ਟਾਈਮ 'ਚ ਲਾਇਸੈਂਸ ਬਣਾਉਣਾ ਸੌਖਾ ਕਿ ਜਿਹੜੇ ਤੁਹਾਡੇ ਟਾਈਮ 'ਚ ਲਾਇਸੈਂਸ ਬਣਾਇਆ ਉਸ ਟਾਈਮ ਸੌਖਾ ਸੀਗਾ, ਥੋੜ੍ਹਾ ਇਸ ਬਾਰੇ ਮੈਨੂੰ ਦੱਸੋ। ਭਾਅ ਜੀ ਜਦੋਂ ਅਸੀਂ ਲਾਇਸੈਂਸ ਬਣਾਇਆ ਸੀਗਾ 2015 ਦੇ ਵਿੱਚ, ਉਦੋਂ ਕੰਪਨੀ ਜਿਹੜੇ ਸਕੂਲ ਸੀਗੇ ਉਹਨਾਂ ਦੀ ਰਿਕੁਆਇਰਮੈਂਟ ਬੜੀ ਜ਼ਿਆਦਾ ਸੀਗੀ ਕਿ ਪਹਿਲਾਂ ਤੁਹਾਨੂੰ ਸਾਈਡ ਅਪਰੂਵਲ ਲੈਣਾ ਪੈਂਦਾ ਸੀਗਾ। ਠੀਕ ਹੈ ਜੀ, ਕੰਪਨੀ ਕੋਲੋਂ NOC ਲੈਟਰ ਲੈਣਾ ਪੈਂਦਾ ਸੀਗਾ ਔਰ ਐਮਰਸ ID ਵਗੈਰਾ ਸਭ ਕੁਝ, ਕਿਉਂਕਿ ਪੇਪਰ ਵਰਕ ਰਿਕੁਆਇਰਮੈਂਟ ਬਹੁਤ ਜ਼ਿਆਦਾ ਸੀ ਉਸ ਟਾਈਮ। ਅਤੇ ਅੱਜ ਦੇ ਟਾਈਮ ਦੇ ਵਿੱਚ ਅਗਰ ਕੰਪੇਅਰ ਕੀਤਾ ਜਾਵੇ ਤਾਂ ਅੱਜ ਸਿਰਫ ਤੁਸੀਂ ਅਗਰ ਦੁਬਈ ਦਾ ਲਾਇਸੈਂਸ ਅਪਲਾਈ ਕਰਨਾ, ਤੁਹਾਡੇ ਕੋਲ ਦੁਬਈ ਦਾ ਵੀਜ਼ਾ ਹੋਣਾ ਚਾਹੀਦਾ, ਐਮਰਸ ID ਹੋਣੀ ਚਾਹੀਦੀ ਆ, ਦੈਟਸ ਇਟ। ਤੁਹਾਨੂੰ ਕਿਸੇ ਵੀ ਬੰਦੇ ਦੀ ਅਪਰੂਵਲ ਨਹੀਂ ਚਾਹੀਦੀ, ਕੋਈ ਵੀ ਕੰਪਨੀ ਦੀ ਤੁਹਾਨੂੰ NOC ਦੀ ਲੋੜ ਨਹੀਂ ਪਏਗੀ। ਔਰ ਅਗਰ ਪਹਿਲਾਂ ਦੇ ਟਾਈਮ ਤੋਂ ਅੱਜ ਤੋਂ 10 ਸਾਲ ਪਹਿਲਾਂ ਤੋਂ ਅਗਰ ਹੁਣ ਕੰਪੇਅਰ ਕੀਤਾ ਜਾਵੇ, ਲਾਇਸੈਂਸ ਲੈਣਾ ਬੜਾ ਈਜ਼ੀ ਹੈਗਾ ਆ। ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਜਿਹੜਾ ਹੁਣ ਜਿਹੜਾ ਡਰਾਈਵਿੰਗ ਲਾਇਸੈਂਸ ਹੈਗਾ ਆ ਉਹ ਬੜਾ ਚੀਪਰ ਆ। ਠੀਕ ਹੈ ਜੀ, 3,500 ਦਿਰਹਮ ਤੋਂ 4,500 ਦਿਰਹਮ ਦੇ ਅੰਦਰ ਤੁਸੀਂ ਫਸਟ ਟੈਸਟ ਦੇ ਵਿੱਚ ਅਗਰ ਪਾਸ ਕਰਦੇ ਹੋ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਤੁਹਾਡਾ ਬਣ ਜਾਂਦਾ ਹੈਗਾ। ਬਾਕੀ ਹੁਣ ਫੈਸਿਲਿਟੀ ਇਹ ਵੀ ਹੈਗੀ ਆ ਕਿ ਪਹਿਲਾਂ ਜਿੱਦਾਂ ਅੱਜ ਤੋਂ 10 ਸਾਲ ਪਹਿਲਾਂ ਸਕੂਲ ਬੜੀ ਦੂਰ ਦੂਰ ਹੁੰਦੇ ਸੀਗੇ, ਹੁਣ ਤਾਂ ਹਰ ਕਿਸੇ ਜਗ੍ਹਾ ਹਰ ਇੱਕ ਕੈਂਪ ਲੇਬਰ ਕੈਂਪ ਦੇ ਬੈਕ ਸਾਈਡ 'ਤੇ ਤੁਹਾਨੂੰ ਕਿਤੇ ਵੀ ਸਕੂਲ ਮਿਲ ਜਾਏਗਾ, ਈਜ਼ੀਲੀ ਫਾਈਂਡ ਹੋ ਸਕਦਾ। ਅਤੇ ਦੂਜਾ ਇਹਦਾ ਫਾਇਦਾ ਕੀ ਆ, ਤੁਸੀਂ ਕਿਸੇ ਵੀ ਸਕੂਲ ਦੇ ਵਿੱਚ ਐਡਮਿਸ਼ਨ ਲੈਂਦੇ ਹੋ, ਤੁਹਾਨੂੰ ਟਰਾਂਸਪੋਰਟੇਸ਼ਨ ਔਰ ਟਾਈਮਿੰਗ ਤੁਹਾਡੀ ਡਿਊਟੀ ਦੇ ਹਿਸਾਬ ਦੇ ਨਾਲ ਜਦੋਂ ਤੁਸੀਂ ਅਵੇਲੇਬਲ ਹੋ ਉਸ ਟਾਈਮ ਦੇ ਨਾਲ ਕਰ ਦਿੰਦੇ ਹੈਗੇ ਆ।
ਤੇ ਇਹ ਜਿਹੜੀ ਹੈਗੀ ਇਨਫੋਰਮੇਸ਼ਨ ਇਹ ਭਾਈ ਨੇ ਬਹੁਤ ਵਧੀਆ ਤਰੀਕੇ ਨਾਲ ਦੱਸੀ ਕਿ ਮਤਲਬ ਇਹਨਾਂ ਦੇ ਟਾਈਮ 'ਚ ਸੀਗਾ ਪੇਪਰ ਵਰਕ ਜ਼ਿਆਦਾ ਸੀਗਾ, ਠੀਕ ਹੈ, ਅਤੇ ਉਸ ਟਾਈਮ ਜਿਹੜੇ ਸਕੂਲ ਵੀ ਸੀਗੇ ਜਿੱਥੇ ਡਰਾਈਵਿੰਗ ਸਕੂਲ ਸੀ ਉਹ ਥੋੜ੍ਹੇ ਦੂਰ ਸੀਗੇ, ਅਤੇ ਅੱਜ ਦੇ ਟਾਈਮ 'ਚ ਸਾਡੇ ਕੋਈ ਵੀ ਅਕੋਮੋਡੇਸ਼ਨ ਆ, ਕੋਈ ਵੀ ਏਰੀਆ ਵਾ, ਅਤੇ ਹਰ ਇੱਕ ਏਰੀਆ ਦੇ ਲਾਗੇ ਲਾਗੇ ਡਰਾਈਵਿੰਗ ਸਕੂਲ ਅਵੇਲੇਬਲ ਆ, ਅਤੇ ਮਤਲਬ ਅੱਜ ਦੇ ਟਾਈਮ 'ਚ ਜਿਹੜਾ ਡਰਾਈਵਿੰਗ ਲਾਇਸੈਂਸ ਆ ਬਣਵਾਉਣਾ ਉਹ ਬਹੁਤ ਹੀ ਈਜ਼ੀ ਆ। ਇਟ ਮੀਨ ਕਿ ਤੁਸੀਂ ਆਪਣਾ ਇਮੀਰੇਟਸ ਆਈ ਡੀ ਲੈ ਕੇ ਅਤੇ ਜਿਹੜਾ ਵੀਜ਼ਾ ਕਾਪੀ ਹੁੰਦਾ ਉਹ ਲੈ ਕੇ ਤੁਸੀਂ ਆਪਣਾ ਡਰਾਈਵਿੰਗ ਲਾਇਸੈਂਸ ਬਣਵਾ ਸਕਦੇ ਜੇ। ਓਹੋ ਹੋ ਭਾਅ ਜੀ, ਮੈਨੂੰ ਇੱਕ ਗੱਲ ਹੋਰ ਦੱਸੋ ਜੀ, ਦੁਬਈ ਦੇ ਜਿਹੜੇ ਫਾਈਨ ਬਾਰੇ, ਉਹਨਾਂ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ ਵੀ ਦੁਬਈ ਦੇ ਫਾਈਨ ਆ ਜਿਹੜੇ ਉਹਦੇ ਤੋਂ ਕਿੱਦਾਂ ਬਚਿਆ ਜਾ ਸਕਦਾ ਵਾ, ਅਤੇ ਉਹਨਾਂ ਨੂੰ ਮਤਲਬ ਤੁਹਾਨੂੰ ਕੋਈ ਫਾਈਨ ਮਿਲਿਆ ਅੱਜ ਤੱਕ? ਅਤੇ ਜਿਹੜੇ ਦੁਬਈ ਦਾ ਜਿਹੜੇ ਸਭ ਤੋਂ ਵੱਡਾ ਫਾਈਨ ਹੁੰਦਾ ਨਾ ਦੁਬਈ ਦੀ, ਮਤਲਬ ਇੰਨੀ ਅਮਾਊਂਟ ਹੁੰਦੀ ਵੀ ਫਾਈਨ ਦੀ, ਸਭ ਤੋਂ ਵੱਡੀ ਅਮਾਊਂਟ ਇਹ ਆ, ਉਹਦੇ ਬਾਰੇ ਥੋੜ੍ਹਾ ਜਿਹਾ ਤੁਸੀਂ ਦੱਸੋ। ਠੀਕ ਹੈ ਜੀ, ਅਗਰ ਅਸੀਂ ਭਾਅ ਜੀ ਫਾਈਨ ਦੇ ਬਾਰੇ ਗੱਲ ਕਰੀਏ ਤਾਂ ਅੱਜ ਤੋਂ 10 ਸਾਲ ਪਹਿਲਾਂ ਜਾਈਏ ਤਾਂ ਉਸ ਟਾਈਮ ਸਭ ਤੋਂ ਵੱਡਾ ਜਿਹੜਾ ਫਾਈਨ ਸੀਗਾ ਉਹ ਰੈੱਡ ਸਿਗਨਲ ਕਰੋਸਿੰਗ ਦਾ ਸੀਗਾ। ਉਸ ਟਾਈਮ ਫਾਈਨ ਦੀ ਸੀਗੀ ਅਮਾਊਂਟ ਸੀਗੀ 1200 ਦਰਾਮ, ਤੁਹਾਨੂੰ ਪੇ ਕਰਨਾ ਪੈਂਦਾ ਸੀਗਾ, ਔਰ ਤੁਹਾਡੇ ਲਾਇਸੈਂਸ ਦੇ ਉੱਤੇ 8 ਬਲੈਕ ਪੁਆਇੰਟ ਆਉਂਦੇ ਹੁੰਦੇ ਸੀਗੇ, ਠੀਕ ਹੈ ਜੀ। ਅਤੇ ਅੱਜ ਦੇ ਟਾਈਮ 'ਚ 2024 ਦੇ ਵਿੱਚ ਅਗਰ ਤੁਸੀਂ ਦੁਬਈ ਦੇ ਵਿੱਚ UAE ਦੇ ਵਿੱਚ ਕਿਤੇ ਵੀ ਰੈੱਡ ਸਿਗਨਲ ਕਰੋਸ ਕਰਦੇ ਹੋ ਤਾਂ ਤੁਹਾਨੂੰ ਘੱਟੋ ਘੱਟ ਨਹੀਂ 50,000 ਦਰਾਮ ਦਾ ਫਾਈਨ ਆਉਂਦਾ ਹੈ, ਅਤੇ ਤੁਹਾਡੇ ਲਾਇਸੈਂਸ ਦੇ ਉੱਤੇ 23 ਬਲੈਕ ਪੁਆਇੰਟ ਦਿੱਤੇ ਜਾਂਦੇ ਆ। ਇੱਕ ਬਲੈਕ ਪੁਆਇੰਟ ਕਰਕੇ ਤੁਸੀਂ ਬਚ ਸਕਦੇ ਹੋ, ਅਤੇ ਤੁਹਾਡਾ ਮੁਕੱਦਮਾ ਜਿਹੜਾ ਕੋਰਟ 'ਚ ਚਲਿਆ ਜਾਂਦਾ ਹੈ, ਤੁਹਾਨੂੰ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ, ਅਤੇ ਤੁਹਾਡੀ ਗੱਡੀ 6 ਮਹੀਨੇ ਵਾਸਤੇ ਜ਼ਬਤ ਕਰ ਲਿੱਤੀ ਜਾਂਦੀ ਹੈ ਪੁਲਿਸ ਦੁਆਰਾ, ਠੀਕ ਹੈ ਜੀ। 50,000 ਭਾਜੀ ਸਿੱਧਾ ਸਿੱਧਾ ਮਤਲਬ ਇੰਡੀਆ ਦਾ 10-11 ਲੱਖ ਜੀ ਭਾਜੀ, 11 ਲੱਖ ਰੁਪਇਆ ਹੋ ਗਿਆ। ਇਹ ਤੇ ਇਹਨਾਂ ਚੀਜ਼ਾਂ ਤੋਂ ਭਾਜੀ ਤੁਸੀਂ ਬਚਣ ਵਾਸਤੇ ਮੇਰੇ ਭਰਾਵਾਂ ਮੂਹਰੇ ਹੱਥ ਜੋੜ ਕੇ ਬੇਨਤੀ ਆ ਕਿ ਜਦੋਂ ਵੀ ਤੁਸੀਂ ਡਰਾਈਵਿੰਗ ਕਰਦੇ ਹੋ ਆਪਣੀ ਸੀਟ ਬੈਲਟ ਮਸਟ ਲਾਓ, ਕਦੀ ਵੀ ਡਰਾਈਵਿੰਗ ਦੇ ਦੌਰਾਨ ਆਪਣਾ ਮੋਬਾਈਲ ਫੋਨ ਯੂਜ਼ ਨਾ ਕਰੋ, ਠੀਕ ਹੈ। ਅਗਰ ਤੁਹਾਨੂੰ ਕਿਤੇ ਅਰਜੈਂਟ ਕਾਲ ਆਉਂਦੀ ਆ ਤਾਂ ਕਿਤੇ ਵੀ ਗੱਡੀ ਸਾਈਡ 'ਤੇ ਲਾ ਕੇ ਜਿੱਥੇ ਤੁਹਾਨੂੰ ਸੇਫਲੀ ਨਜ਼ਰ ਆ ਰਿਹਾ ਆਪਣੀ ਕਾਲ ਅਟੈਂਡ ਕਰ ਸਕਦੇ ਹੋ ਅਗਰ ਉਹ ਜ਼ਰੂਰੀ ਹੈ। ਅਤੇ ਦੂਜੀ ਗੱਲ ਜਿਹੜਾ ਆਪਣਾ ਭਾਅ ਜੀ ਸਪੀਡ ਫਾਈਨ ਹੈਗਾ ਦੁਬਈ ਦੇ ਵਿੱਚ ਉਹ ਅੱਜ ਦੇ ਟਾਈਮ ਦੇ ਵਿੱਚ 600 ਦਰਾਮ ਦਾ ਹੈਗਾ। ਅਗਰ ਆਪਾਂ ਕੰਪੇਅਰ ਕਰੀਏ ਆਬੂਧਾਬੀ ਦੇ ਵਿੱਚ ਉਹੀ ਫਾਈਨ ਸੇਮ 600 ਦਰਾਮ ਦਾ ਹੈਗਾ। ਅਗਰ ਤੁਸੀਂ 1 ਮਹੀਨੇ ਦੇ ਵਿੱਚ ਪੇ ਕਰਦੇ ਹੋ ਉਹ ਫਾਈਨ ਤੁਹਾਨੂੰ 300 ਦਰਾਮ ਪੇ ਕਰਨਾ ਪੈਂਦਾ ਹੈਗਾ ਆ। ਬਾਕੀ ਮੇਰੇ ਭਰਾਵੋ ਤੁਹਾਡੇ ਮੂਹਰੇ ਹੱਥ ਜੋੜ ਕੇ ਬੇਨਤੀ ਆ ਕਿ ਅਗਰ ਤੁਸੀਂ ਇੰਡੀਆ ਤੋਂ ਡਰਾਈਵਰ ਐਜ਼ ਏ ਡਰਾਈਵਰ ਆ ਰਹੇ ਹੋ ਇੱਥੇ ਆ ਕੇ ਆਪਣੇ ਇੰਡੀਆ ਦੇ ਰੂਲ ਨਾ ਵਰਤੋ, ਕਿਉਂਕਿ ਇੰਡੀਆ ਦੇ ਵਿੱਚ ਔਰ ਦੁਬਈ ਦੇ ਵਿੱਚ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ ਰੂਲਾਂ ਦੇ ਵਿੱਚ, ਠੀਕ ਹੈ ਜੀ। ਉੱਥੇ ਤੁਸੀਂ ਬਿਨਾਂ ਬੈਲਟ ਤੋਂ ਵੀ ਗੱਡੀ ਚਲਾ ਲੈਂਦੇ ਹੋ, ਤੁਹਾਨੂੰ ਕੋਈ ਕੈਮਰਾ ਸਕੈਨ ਨਹੀਂ ਕਰਦਾ, ਤੁਹਾਨੂੰ ਕੋਈ ਫਾਈਨ ਨਹੀਂ ਆਉਂਦਾ। ਇੱਥੇ ਤੁਸੀਂ ਬੈਲਟ ਤੋਂ ਬਿਨਾਂ ਅਗਰ 1 ਕਿਲੋਮੀਟਰ ਵੀ ਜਾਓਗੇ ਤਾਂ ਤੁਸੀਂ ਸਕੈਨਰ ਦੇ ਵਿੱਚ ਕੈਚ ਹੋ ਜਾਓਗੇ, ਜਿਸ ਦੇ ਨਾਲ ਭਾਅ ਜੀ ਤੁਹਾਨੂੰ ਘੱਟੋ ਘੱਟ ਨਹੀਂ ਤਾਂ 600 ਦਰਾਮ ਦਾ ਫਾਈਨ ਆਉਂਦਾ ਹੈਗਾ, ਠੀਕ ਹੈ ਭਾਅ ਜੀ। ਅਤੇ ਜਿਹੜੀ ਦੂਜੀ ਗੱਲ ਮੈਨੂੰ ਇੱਕ ਦੱਸੋ, ਜਿਹੜੇ ਬੰਦੇ ਆਪਣੇ ਇੰਡੀਆ ਤੋਂ ਆਉਂਦੇ ਆ, ਠੀਕ ਆ, ਇੰਡੀਆ ਜਿਹੜੇ ਬੰਦੇ ਬੈਠੇ ਆ, ਕੁਛ ਵੀ ਆ, ਜਿਹੜੇ ਤੁਹਾਨੂੰ ਪਤਾ ਅੱਜ ਟ੍ਰੈਂਡ ਜਿਹਾ ਚੱਲ ਪਿਆ ਆਪਣੇ ਇੰਡੀਆ ਪੰਜਾਬ ਹਰਿਆਣੇ 'ਚ ਕੁਛ ਜ਼ਿਆਦਾ ਹੀ ਕਿ ਲੋਕ ਕੋਈ ਅਮੈਰੀਕਾ ਜਾ ਰਿਹਾ 50-50 ਲੱਖ ਰੁਪਇਆ ਲਾ ਕੇ, ਠੀਕ ਆ, ਅਤੇ ਕੋਈ ਕੈਨੇਡਾ ਜਾ ਰਿਹਾ 24-25 ਲੱਖ ਰੁਪਇਆ ਲਾ ਕੇ, ਅਤੇ ਤੁਸੀਂ ਆਪਣਾ ਮਤਲਬ ਕੀ ਸੁਜੈਸਟ ਕਰੋਗੇ, ਤੁਹਾਡੀ ਕੀ ਵਿਚਾਰਧਾਰਾ ਇਸ ਚੀਜ਼ ਦੇ ਬਾਰੇ? ਮੇਰਾ ਭਾਅ ਜੀ ਜਿਹੜਾ ਆਪਣਾ ਐਕਸਪੀਰੀਅੰਸ ਆ ਇੱਥੇ ਦਾ UAE ਦਾ, ਉਸ ਹਿਸਾਬ ਦੇ ਨਾਲ ਮੈਂ ਵੀ ਜਿੱਦਾਂ ਮੈਂ ਲਾਇਸੈਂਸ ਲਏ ਆ ਆਪਣੇ, ਮੈਂ ਵੀ ਬੜਾ ਦੌੜਿਆ ਕਿ ਮੈਂ ਵੀ ਕੈਨੇਡਾ ਜਾਵਾਂਗਾ। ਮੈਂ ਵੀ 2 ਵਾਰ ਆਈਲੈਟਸ ਕੀਤੀ ਆ, 3ਜੀ ਵਾਰ ਮੈਂ ਪੇਪਰ ਆਪਣਾ ਕਲੀਅਰ ਕੀਤਾ 5 ਸਕੋਰ ਲੈ ਕੇ, ਅਤੇ ਜਦੋਂ ਫਾਈਲ ਲਾਉਣ ਦੀ ਵਾਰੀ ਆਈ ਤਾਂ ਮੈਂ ਬਹਿ ਕੇ ਜੀ 2 ਦਿਨ ਘੱਟੋ ਘੱਟ ਸੋਚਿਆ ਕਿ ਅਗਰ ਮੈਂ ਇਤਨੇ ਪੈਸੇ ਲਗਾ ਕੇ ਉੱਥੇ ਜਾ ਕੇ ਫਿਰ ਦੁਬਾਰਾ 0 ਤੋਂ ਸਟਾਰਟ ਕਰਾਂਗਾ, ਫਿਰ ਦੁਬਾਰਾ ਲਾਇਸੈਂਸ ਬਣਾਵਾਂਗਾ, ਫਿਰ ਦੁਬਾਰਾ ਗੱਡੀ ਚਲਾਵਾਂਗਾ ਔਰ ਕਰਜ਼ੇ ਥੱਲੇ ਦੱਬ ਜਾਵਾਂਗਾ। ਤਕਰੀਬਨ 22 ਲੱਖ ਰੁਪਏ ਦੀ LMI ਮਿਲਦੀ ਹੈ ਕੈਨੇਡਾ ਦੇ ਵਿੱਚ ਇਸ ਟਾਈਮ 'ਤੇ, ਉੱਥੇ ਜਾ ਕੇ ਤੁਹਾਨੂੰ ਫਿਰ ਵੀ ਆਪਣੇ ਲਾਇਸੈਂਸ ਦੇ ਉੱਤੇ 7-8 ਲੱਖ ਰੁਪਈਆ ਖਰਚਣਾ ਪੈਂਦਾ ਇੰਡੀਅਨ ਰੁਪੀਸ ਦੇ ਵਿੱਚ। ਉਸ ਤੋਂ ਬਾਅਦ ਕੀ ਹੁੰਦਾ ਆ ਕਿ ਮੈਂ ਇਹਨਾਂ ਚੀਜ਼ਾਂ ਨੂੰ ਅਵੇਅਰ ਕਰਕੇ ਮਤਲਬ ਜਿਹੜਾ ਆਪਣੇ ਆਪ ਨੂੰ ਸਮਝਾਇਆ ਕਿ ਇਤਨੇ ਪੈਸੇ ਅਗਰ ਮੈਂ ਇੱਥੇ UAE ਦੇ ਵਿੱਚ ਇਨਵੈਸਟ ਕਰਾਂ, ਜਿੱਦਾਂ ਮੇਰੇ ਕੋਲ 3 ਲਾਇਸੈਂਸ ਹੈ, ਅਗਰ
ਹੁਣ ਜਿਹੜਾ ਟ੍ਰੈਂਡ ਚੱਲ ਰਿਹਾ ਲੈਕਸਸ ਗੱਡੀ ਦਾ, ਲਿਮੋਜ਼ਿਨ ਦਾ, ਸਹੀ, ਅਗਰ ਮੈਂ 22 ਲੱਖ ਰੁਪਇਆ ਲਾ ਕੇ ਇੱਥੇ ਮੈਂ ਗੱਡੀ ਕਢਵਾਉਣਾ ਹੈ ਤੇ 10 ਲੱਖ ਦੀ ਗੱਡੀ ਲਿਮੋਜ਼ਿਨ ਨਿਕਲਦੀ ਹੈ ਡਾਊਨ ਪੇਮੈਂਟ ਦੇ ਉੱਤੇ, ਠੀਕ ਹੈ ਜੀ। ਕੁਝ ਕੁ ਕੰਪਨੀਆਂ ਨੇ ਜਿਹੜੀਆਂ 5 ਲੱਖ ਤੇ ਵੀ ਕੱਢ ਦਿੰਦੀਆਂ ਨੇ, ਤੇ ਉਸ ਤੋਂ ਬੈਟਰ ਮੈਂ ਸੋਚਿਆ ਕਿ ਕਿਉਂ ਨਾ ਮੈਂ ਉਹੀ ਪੈਸੇ ਇੱਥੇ ਲਾ ਕੇ ਆਪਣੀਆਂ 2 ਗੱਡੀਆਂ ਕਢਵਾ ਕੇ ਤੇ 2 ਡਰਾਈਵਰ ਰੱਖਾਂ ਤੇ ਮੈਂ ਬੈਠ ਕੇ ਆਪਣੀ ਅਰਨਿੰਗ ਕਰਾਂ, ਸਹੀ, ਠੀਕ ਹੈ। ਮੈਂ ਫਾਈਨੈਂਸ਼ੀਅਲ ਤੌਰ ਤੇ ਫ੍ਰੀ ਹੋ ਸਕਦਾ, ਮੈਂ ਕੈਨੇਡਾ ਵਾਂਗੂ ਕਿਸੇ ਦਾ ਟੈਕਸ ਨਹੀਂ ਦੇਣਾ, ਠੀਕ ਹੈ। ਮੈਂ ਕਦੇ ਵੀ 3 ਘੰਟੇ ਦੀ ਫਲਾਈਟ ਫੜ ਕੇ 500 ਦਰਾਮ ਦੀ ਟਿਕਟ ਲੱਗਦੀ ਹੈ ਅੰਮ੍ਰਿਤਸਰ ਦੀ, ਦਿੱਲੀ ਦੀ, ਕਦੇ ਵੀ ਆਪਣੇ ਘਰ ਜਾ ਸਕਦਾ, ਮੈਨੂੰ ਕੋਈ ਵੀ ਐਮਰਜੈਂਸੀ ਹੋਵੇ। ਐਜ਼ ਏ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ, ਮੈਂ ਕਿਸੇ ਨੂੰ ਵੀ ਮਾੜਾ ਨਹੀਂ ਕਹਾਂਗਾ। ਇਹ ਆਪਣੇ ਆਪਣੇ ਸਾਰੀਆਂ ਸੋਚਾਂ ਨੇ, ਸਾਰਿਆਂ ਦੀਆਂ ਆਪਣੇ ਆਪਣੇ ਵਿਚਾਰ ਨੇ ਕਿ ਕਿਹੜੇ ਭਾਈ ਨੇ ਕਿੱਥੇ ਸੈੱਟ ਹੋਣਾ ਹੈ, ਠੀਕ ਹੈ। ਅਗਰ ਤੁਸੀਂ ਕਿਤੇ ਵੀ ਯੂਰਪ, ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਦੇ ਵਿੱਚ ਹੋ, ਅਗਰ ਤੁਹਾਨੂੰ ਰੱਬ ਨਾ ਕਰੇ ਕਿਤੇ ਘਰ ਦੇ ਵਿੱਚ ਐਮਰਜੈਂਸੀ ਪੈ ਜਾਂਦੀ ਹੈ, ਤਾਂ ਤੁਹਾਨੂੰ 1,00,000 ਰੁਪਏ ਦੀ ਟਿਕਟ ਦਾ ਇੰਤਜ਼ਾਮ ਕਰਨਾ ਪੈਂਦਾ ਆ। ਉੱਥੋਂ ਦੀ ਅਰਨਿੰਗ ਦੇ ਹਿਸਾਬ ਨਾਲ ਤੁਸੀਂ ਇੰਨੇ ਪੈਸੇ ਆਪਣੀ ਜੇਬ ਦੇ ਵਿੱਚ ਨਹੀਂ ਰੱਖੇ ਹੁੰਦੇ ਆ, ਜਦੋਂ ਉਹ ਮਾੜਾ ਟਾਈਮ ਤੁਹਾਡੇ ਕੋਲੋਂ ਨਿਕਲ ਜਾਂਦਾ ਫਿਰ ਤੁਹਾਨੂੰ ਸਾਰੀ ਜ਼ਿੰਦਗੀ ਬੈਠ ਕੇ ਪਛਤਾਉਣਾ ਪੈਂਦਾ ਆ। ਤੇ ਮੈਂ ਆਪਣੇ ਵੀਰ ਭਰਾਵਾਂ ਨੂੰ ਇਹੀ ਸੁਜੈਸਟ ਕਰਾਂਗਾ, ਜਿਹੜਾ ਮੇਰਾ ਵੀਰ ਭਰਾ ਘਰੋਂ ਤਕੜਾ ਹੈਗਾ ਆ, ਠੀਕ ਹੈ, ਜਿਹਦੀ ਜੇਬ 'ਚ 4 ਪੈਸੇ ਹੈਗੇ ਆ ਆਪਣੇ ਜੋੜੇ ਹੋਏ, ਨਾ ਕਿ ਕਰਜ਼ਾ ਲੈ ਕੇ, ਨਾ ਕਿ ਜ਼ਮੀਨ ਵੇਚ ਕੇ, ਨਾ ਕਿ ਗਹਿਣੇ ਗੱਟੇ ਵੇਚ ਕੇ ਆਸਟ੍ਰੇਲੀਆ, ਅਮਰੀਕਾ ਜਾਣਾ, ਮੈਂ ਉਸ ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ। ਹਾਂ, ਤੁਸੀਂ ਆਪਣੀ ਕਮਾਈ ਕੀਤੀ ਹੈ, ਆਪਣੀ ਸੇਵਿੰਗ ਕੀਤੀ ਹੈ, ਤੁਸੀਂ ਆਪਣਾ ਫਿਊਚਰ ਅੱਗੇ ਉੱਥੇ ਵਧੀਆ ਦੇਖ ਰਹੇ ਹੋ ਕਿ ਹਾਂ, ਅਗਰ ਤੁਸੀਂ 2 ਮਹੀਨੇ ਕੰਮ ਨਹੀਂ ਵੀ ਕਰਦੇ ਤੁਹਾਡੀ ਜੇਬ 'ਚ ਪੈਸੇ ਨੇ ਤੇ ਤੁਸੀਂ ਅੱਛੀ ਤਰ੍ਹਾਂ ਸੈਟਲ ਹੋ ਸਕਦੇ ਹੋ। ਉਸ ਦੇ ਵਿੱਚ ਮੈਂ ਰਿਕਮੈਂਡ ਕਰਾਂਗਾ ਕਿ ਮੇਰੇ ਹਿਸਾਬ ਦੇ ਨਾਲ ਅਗਰ ਜਿਹੜਾ ਬੰਦਾ ਦੁਬਈ ਦੇ ਵਿੱਚ 70,000 ਤੋਂ 80,000 ਰੁਪਏ ਇੰਡੀਆ ਦੇ ਅਰਨ ਕਰ ਰਿਹਾ ਔਰ ਉਹ 50,000 ਰੁਪਏ ਸੇਵ ਕਰਕੇ ਆਪਣੇ ਘਰ ਭੇਜ ਰਿਹਾ, ਉਹਨੂੰ 20-22 ਲੱਖ ਰੁਪਈਆ ਲਾ ਕੇ ਜਾਣ ਦੀ, ਅਮਰੀਕਾ, ਕੈਨੇਡਾ ਜਾਣ ਦੀ ਕੋਈ ਲੋੜ ਨਹੀਂ ਹੈਗੀ ਹੈ। ਧੰਨਵਾਦ। ਜਿੱਦਾਂ ਕਿ ਭਾਈ ਨੇ ਹੁਣ ਬਹੁਤ ਵਧੀਆ ਗੱਲ ਕਹੀ ਹੈ ਕਿ ਇੱਥੋਂ ਬੰਦਾ ਦੁਬਈ ਤੋਂ ਕਦੇ ਵੀ 3 ਘੰਟਿਆਂ ਦੀ ਫਲਾਈਟ ਹੁੰਦੀ ਆ, ਠੀਕ ਹੈ, ਇੰਡੀਆ ਦੇ ਮਤਲਬ 3 ਘੰਟੇ ਜਿਹੜਾ ਟਾਈਮ ਲੱਗਦਾ ਫਲਾਈਟ ਨੂੰ, ਠੀਕ ਆ, ਤੇ ਆਲਮੋਸਟ ਹੁਣ ਆਪਣੀ ਸਿਟੀ 'ਚ ਜਿੱਦਾਂ ਨਾ ਦੁਬਈ ਦੀ ਫਲਾਈਟ ਅਵੇਲੇਬਲ, ਜਿੱਦਾਂ ਚੰਡੀਗੜ੍ਹ, ਅੰਮ੍ਰਿਤਸਰ, ਦਿੱਲੀ, ਮਤਲਬ ਸਾਰੇ ਏਅਰਪੋਰਟ 'ਤੇ ਨਾ ਮਤਲਬ ਦੁਬਈ ਦੀ ਫਲਾਈਟ ਚੱਲਣ ਦੀ ਆ, ਠੀਕ ਆ। ਔਰ ਦੂਜੀ ਗੱਲ ਕਿ ਦੁਬਈ ਜਿਹੜਾ ਹੈਗਾ ਟੈਕਸ ਫਰੀ ਹੈਗਾ, ਠੀਕ ਆ, ਹੁਣ ਤੁਸੀਂ ਵੱਡੀ ਕੰਟਰੀ 'ਚ ਕਿਤੇ ਜਾਂਦੇ ਹੋ ਤਾਂ ਰੈਜੀਡੈਂਸ ਵਗੈਰਾ ਲੈਣੇ, ਤੁਸੀਂ ਟੈਕਸ ਵੀ ਪੇ ਵੀ ਕਰਨਾ ਵਾ, ਠੀਕ ਆ, ਅਤੇ ਤਾਂ ਜਾ ਕੇ ਤੁਹਾਨੂੰ ਜਿਹੜੀ ਰੈਜੀਡੈਂਸ ਵਗੈਰਾ ਮਿਲਦੀ ਆ, ਅਤੇ ਦੁਬਈ ਇੱਦਾਂ ਦਾ ਕੋਈ ਇਸ਼ੂ ਨਹੀਂ ਹੈਗਾ, ਇਹ ਦੁਬਈ ਤੁਸੀਂ ਟੈਕਸ ਫਰੀ ਜੇ। ਬਹੁਤ ਬਹੁਤ ਮਿਹਰਬਾਨੀ ਭਾਈ, ਤੁਸੀਂ ਆਪਣਾ ਇੰਨਾ ਸਮਾਂ ਦਿੱਤਾ ਜੀ ਭਾਜੀ, ਅਤੇ ਬਾਕੀ ਮੈਂ ਦਰਸ਼ਕਾਂ ਨੂੰ ਆਪਣੇ ਜਿਹੜੇ ਵਿਊਅਰ ਆ, ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ, ਦੁਬਈ ਦੀ ਜਿੰਨੀਆਂ ਵੀ ਹੋਰ ਅਪਡੇਟ ਆ ਲਈ ਤੁਸੀਂ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਲਓ ਹਰਿਆਣਵੀ ਚੋਬਰ, ਜੇ ਤੁਹਾਡਾ ਕਿਸੇ ਵੀ ਚੀਜ਼ ਤੋਂ ਕੋਈ ਵੀ ਕੁਐਸਚਨ ਆ ਤੇ ਆਪਾਂ ਜ਼ਰੂਰ ਸੋਲਵ ਕਰਾਂਗੇ, ਤਾਂ ਉਸ ਚੀਜ਼ ਤੋਂ ਰਿਲੇਟਡ ਆਪਾਂ ਵੀਡੀਓ ਜ਼ਰੂਰ ਬਣਾਵਾਂਗੇ, ਤੇ ਥੈਂਕ ਯੂ ਸੋ ਮੱਚ, ਦੇਖਦੇ ਰਹੋ ਹਰਿਆਣਵੀ ਚੋਬਰ। ਭਾਜੀ ਲਾਇਸੈਂਸ ਤਾਂ ਦੇ ਦਿਓ। ਓ ਮੇਰੇ ਕੋਲ ਹੀ ਆ, ਕੋਈ ਗੱਲ ਠੀਕ ਹੈ।